ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ। ਕੋਰੋਨਾ ਕਾਰਨ ਲਗਾਤਾਰ ਲੋਕ ਮੰਦੀ ਵੱਲ ਜਾ ਰਹੇ ਹਨ। ਸਰਕਾਰ ਵੱਲੋਂ ਮਿਲੀ ਖੁੱਲ ਦੇ ਬਾਵਜੂਦ ਵੀ ਕਈ ਕਾਰੋਬਾਰ ਬੰਦ ਹਨ ਅਤੇ ਜਿਨ੍ਹਾਂ ਵਿੱਚ ਇੱਕ ਕੰਮ ਹੈ ਡੀਜੇ ਵਾਲਿਆਂ ਦਾ, ਜੋ ਕੰਮ ਨਾ ਹੋਣ ਕਾਰਨ ਕਾਫੀ ਮੁਸ਼ਕਿਲ ਚੋਂ ਨਿਕਲ ਰਹੇ ਹਨ। ਅਜਿਹੇ ਡੀਜੇ ਵਾਲੇ ਨੌਜਵਾਨਾਂ ਨੇ ਕੋਰੋਨਾ ਕਾਰਨ ਆਈ ਤੰਗੀ ਦੇ ਚਲਦਿਆਂ ਅਜਿਹਾ ਕਦਮ ਚੁੱਕ ਲਿਆ ਜਿਸ ਨੇ ਉਹਨਾਂ ਨੂੰ ਜੇਲ੍ਹ ਪਹੁੰਚਾ ਦਿੱਤਾ। ਦਰਅਸਲ ਮੋਗਾ ਪੁਲਿਸ ਨੇ ਇੱਕ ਪ੍ਰਾਈਵੇਟ ਕਾਰੋਬਾਰੀ ਦੀ ਮਹਿਲਾ ਮੁਲਾਜ਼ਮ ਕੋਲੋਂ ਨਕਦੀ ਲੁੱਟਣ ਵਾਲੇ ਚਮਟਮਾਰ ਮੋਟਰਸਾਈਕਲ ਸਵਾਰਾਂ ਨੂੰ 48 ਘੰਟੇ ਅੰਦਰ ਕਾਬੂ ਕਰ ਲਿਆ ਹੈ। ਦੋਵੇਂ ਮੁਲਜ਼ਮ ਡੀਜੇ ਉੱਤੇ ਕੰਮ ਕਰਦੇ ਸਨ। ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ਉੱਤੇ ਉਹਨਾਂ ਦੇ ਘਰਾਂ 'ਚੋਂ ਖੋਈ ਰਕਮ ਵਿੱਚੋਂ 1,07,000 ਰੁਪਏ, ਚੈੱਕ ਅਤੇ ਫਰਮ ਦੇ ਲੈਟਰ ਪੈਡ ਬਰਾਮਦ ਕੀਤੇ ਹਨ। ਹਾਂਜੀ, ਇੱਥੇ ਆਪਣੇ ਮੋਗੇ 'ਚ ਇੱਕ ਸ਼ਾਹ ਟਾਇਰਸ ਅਤੇ ਬੈਟਰੀ ਹਾਊਸ ਹੈ। ਉਹਨਾਂ ਦੇ ਮੁਨੀਮ ਹੈ ਜਗਦੀਸ਼ ਰਾਏ। ਉਹਨਾਂ ਨੇ ਸਾਨੂੰ 9 ਤਰੀਕ ਨੂੰ ਆ ਕੇ ਇਨਫੋਰਮੇਸ਼ਨ ਦਿੱਤੀ ਕਿ ਉਹਨਾਂ ਦੇ ਆਫਿਸ 'ਚ ਇੱਕ ਲੜਕੀ ਸਰਬਜੀਤ ਕੌਰ ਕੰਮ ਕਰਦੀ ਹੈ, ਅਕਾਊਂਟਸ ਦਾ ਕੰਮ ਕਰਦੀ ਹੈ, ਜਿਹੜਾ ਕਿ ਡੇਲੀ ਉਹਨਾਂ ਦੇ ਬਿਲਕੁਲ ਦੁਕਾਨ ਦੇ ਨੇੜੇ ਪੈਦਲ ਹੀ ਜਾ ਕੇ ਜਿਹੜਾ ਕੈਸ਼ ਹੈ ਉਹ ਜਮ੍ਹਾਂ ਕਰਾ ਕੇ ਆਉਂਦੀ ਯੂਕੋ ਬੈਂਕ 'ਚ। ਰੋਜ਼ ਦੀ ਤਰ੍ਹਾਂ ਉਹ 9 ਤਰੀਕ ਨੂੰ ਵੀ ਆਪਦਾ ਕੈਸ਼ ਜਮ੍ਹਾਂ ਕਰਵਾਉਣ ਜਾ ਰਹੀ ਸੀ ਅਤੇ ਉਸ ਦਰਮਿਆਨ ਜਿਹੜਾ ਮੁਨੀਮ ਸੀ ਉਹਨੇ ਵੀ ਕੋਈ ਕੰਮ ਸੀ ਉਹਦੇ ਪਿੱਛੇ ਪਿੱਛੇ ਜਾ ਰਿਹਾ ਸੀਗਾ। ਲੜਕੀ ਦੇ ਹੱਥ ਜਿਹੜਾ ਲਿਫਾਫਾ ਸੀਗਾ ਅਤੇ 2 ਅਣਪਛਾਤੇ ਬੰਦੇ ਮੋਟਰਸਾਈਕਲ 'ਤੇ ਆਏ ਅਤੇ ਉਹਦਾ ਲਿਫਾਫਾ ਖੋ ਕੇ ਚਲੇ ਗਏ। ਮੁਨੀਮ ਨੇ ਉਹਦਾ ਜਿਹੜਾ ਮੋਟਰਸਾਈਕਲ ਦਾ ਨੰਬਰ ਨੋਟ ਕਰ ਲਿਆ ਸੀ, ਮੋਟਰਸਾਈਕਲ ਦਾ ਨੰਬਰ ਸੀਗਾ PB29W3571। ਮੁਕੱਦਮਾ ਦਰਜ ਕਰਕੇ ਅਸੀਂ ਜਿਹੜਾ ਜਿਹੜੀ ਇਹਦੀ ਤਕਨੀਕੀ ਢੰਗ ਨਾਲ ਜਦੋਂ ਤਫਤੀਸ਼ ਕੀਤੀ ਤਾਂ ਪਾਇਆ ਗਿਆ ਕਿ ਜਿਹੜਾ ਮੋਟਰਸਾਈਕਲ ਵਾਰਦਾਤ 'ਚ ਵਰਤਿਆ ਗਿਆ ਗੁਰਜੀਤ ਸਿੰਘ ਉਰਫ ਗੁਰੀ ਪੁੱਤਰ ਭਜਨ ਸਿੰਘ ਵਾਸੀ 18 ਉਹਦੇ ਨਾਮ 'ਤੇ ਸੀਗਾ। ਉਸ ਤੋਂ ਬਾਅਦ ਅਸੀਂ ਸੋਰਸ ਲਗਾਏ ਅਤੇ ਸਾਨੂੰ ਇਨਫੋਰਮੇਸ਼ਨ ਮਿਲੀ, ਉਹਦੇ ਆਧਾਰ 'ਤੇ ਪੁਲਿਸ ਸੂਗਾ ਜੀਰਾ ਰੋਡ 'ਤੇ ਨਾਕਾਬੰਦੀ ਕੀਤੀ। ਇੱਥੇ ਗੁਰਜੀਤ ਸਿੰਘ ਉਰਫ ਗੁਰੀ ਅਤੇ ਉਹਦੇ ਨਾਲ ਇੱਕ ਹੋਰ ਸਵਾਰ ਸੀਗਾ ਸੁਖਜੀਤ ਸਿੰਘ ਉਰਫ ਸੁੱਖਾ, ਇਹ ਦੋਨਾਂ ਨੂੰ ਅਸੀਂ ਕਾਬੂ ਕੀਤਾ। ਮੁੱਢਲੀ ਪੁੱਛਗਿੱਛ 'ਤੇ ਇਹਨਾਂ ਨੇ ਮੰਨਿਆ ਕਿ ਅਸੀਂ ਚੋਰੀ ਅਸੀਂ ਕੀਤੀ ਹੈ ਔਰ ਇਹਦੀ ਦੋਵਾਂ ਨੇ ਇਹ ਪੈਸੇ ਵੰਡੇ ਸੀਗੇ। ਜਿਹੜਾ ਸੀਗਾ ਗੁਰਜੀਤ ਸਿੰਘ ਉਹਨੇ 80,000 ਰੁਪਈਏ ਸੀਗੇ, ਦੂਸਰੇ ਨੇ 27,000 ਰੁਪਏ ਰਹੇ ਸੀਗੇ। ਸਰਬਜੀਤ ਕੌਰ ਨਾਲ ਵੀ ਕੋਈ ਇਹਨਾਂ ਦੇ ਜਾਣਕਾਰ ਹੈਗੇ? ਉਹ ਤਫਤੀਸ਼ ਅਸੀਂ ਕਰਦੇ ਪਏ। ਮੋਗਾ ਤੋਂ ਚਮਕੌਰ ਸਿੰਘ, ਲੋਕੋ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ।